ਅਸਲਾਮ ਅਲੈਕੁਮ ਵਿਊਵਰਸ, ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ ਹੋ? ਅੱਜ ਦਾ ਵਲੌਗ ਵਿਊਵਰ ਸ਼ੁਰੂ ਕਰਨ ਲੱਗੇ ਹਾਂ ਘਰ ਤੋਂ ਹੀ। ਬਾਰਿਸ਼ ਪੈ ਰਹੀ ਆ, ਸ਼ਾਮ ਦਾ ਟਾਈਮ ਆ, ਅੱਜ ਮੌਸਮ ਬਹੁਤ ਜ਼ਬਰਦਸਤ ਹੋਇਆ ਵਾ। ਬਾਰਿਸ਼ ਬਹੁਤ ਜ਼ਿਆਦਾ ਤੇਜ਼ ਤਾਂ ਨਹੀਂ ਹੋਈ ਹੈਗੀ, ਲੇਕਿਨ ਹਲਕੀ ਹਲਕੀ ਜ਼ਰੂਰ ਹੋਈ ਆ, ਜਿਹਦੇ ਨਾਲ ਮੌਸਮ ਬਹੁਤ ਜ਼ਿਆਦਾ ਖੁਸ਼ਗਵਾਰ ਹੋ ਗਿਆ ਵਾ। ਬੱਦਲ ਤਾਂ ਬਣੇ ਹੋਏ ਹਾਲ ਆ, ਲੇਕਿਨ ਕੋਈ ਖਾਸ ਬਾਰਿਸ਼ ਦੀ ਉਮੀਦ ਹੈ ਨੀਗੀ। ਬਾਰਿਸ਼ ਰੁਕਣ ਦਾ ਕਰ ਰਹੇ ਹਾਂ ਇੰਤਜ਼ਾਰ ਵਿਊਵਰਸ, ਕਿਉਂਕਿ ਜਾਣਾ ਵਾ ਪੀਰਮਾਲ ਨੂੰ, ਇੱਕ ਦੋ ਚੀਜ਼ਾਂ ਲੈ ਕੇ ਆਉਣੀਆਂ ਵਾ। ਉਸ ਤੋਂ ਪਹਿਲੇ ਵਿਊਵਰ ਛੱਤ ਦੇ ਉੱਪਰ ਆਇਆ ਸੀਗਾ ਅਤੇ ਜੈਕੀ ਬਾਹਰ ਬੈਠੀ ਇੰਤਜ਼ਾਰ ਕਰ ਰਹੀ ਕਿ ਦਰਵਾਜ਼ਾ ਮੇਰੇ ਲਈ ਵੀ ਖੋਲ੍ਹੋ ਤਾਂ ਕਿ ਮੈਂ ਵੀ ਛੱਤ ਦੇ ਉੱਪਰ ਆ ਕੇ ਮਸਤੀ ਕਰਾਂ। ਮੈਂ ਕਿਹਾ ਨਹੀਂ, ਤੂੰ ਨਹੀਂ ਆਉਣਾ ਹੈਗਾ ਹੁਣ ਛੱਤ ਦੇ ਉੱਪਰ। ਅਤੇ ਹੁਣ ਵਿਊਵਰ ਬਾਰਿਸ਼ ਰੁਕਣ ਦਾ ਇੰਤਜ਼ਾਰ ਕਰ ਰਹੇ ਸੀਗੇ ਅਤੇ ਬਾਰਿਸ਼ ਮਾੜੀ ਮੋਟੀ ਹੁਣ ਗਈ ਆ, ਰੁਕ ਅਤੇ ਚੱਲਦੇ ਹਾਂ ਫਰੂਕ ਸਾਹਿਬ ਵੱਲ। ਫਰੂਕ ਸਾਹਿਬ ਦੇ ਘਰ ਦੇ ਮੂਹਰੇ ਪਹੁੰਚੇ ਸੀਗੇ ਵਿਊਵਰਸ ਅਤੇ ਦੇਖਿਆ ਵਾ ਕਿ ਇੱਕ ਭਾਈ ਦਾ ਬੱਚਾ ਜਿਹੜਾ ਰੇੜੇ ਸਮੇਤ ਉਹਦੇ ਕੋਲੋਂ ਝੁੱਟ ਕੇ ਅਤੇ ਦੌੜੀ ਫਿਰਦਾ ਗਰਾਊਂਡ ਦੇ ਵਿੱਚ। ਹੁਣ ਦੇਖਦੇ ਹਾਂ ਕਿ ਉਹਨੂੰ ਫੜਨ ਦੇ ਵਿੱਚ ਕਾਮਯਾਬ ਹੁੰਦਾ ਜਾਂ ਹਾਲੇ ਉਹਨੂੰ ਹੋਰ ਵੀ ਤੰਗ ਕਰਦਾ ਵਾ, ਕਿਉਂਕਿ ਵਾਹਵਾ ਦੇਰ ਉਹਨੇ ਸਹਾਇਆ ਵਾ ਉਹਨੂੰ। ਇਸ ਤੋਂ ਬਾਅਦ ਵਿਊਵਰਸ ਨਿਕਲਦੇ ਹਾਂ ਸ਼ਹਿਰ ਨੂੰ, ਉਹਦੀ ਵਜ੍ਹਾ ਇਹ ਆ ਕਿ ਬਾਰਿਸ਼ ਰੁਕੀ ਹੋਈ ਆ, ਹਲਕੀ ਹਲਕੀ ਧੁੱਪ ਵੀ ਨਿਕਲ ਆਈ ਆ। ਵਾਪਸ ਆ ਕੇ ਮੁਰੱਬੇ ਵੀ ਜਾਣਾ ਵਾ, ਕਰਨੀ ਆ ਸਪਰੇ ਆ ਚਰੀ ਨੂੰ, ਕਿਉਂਕਿ ਕੀੜੀਆਂ ਨੇ ਕਾਫ਼ੀ ਜ਼ਿਆਦਾ ਚਰੀ ਨੂੰ ਨੁਕਸਾਨ ਕਰਨਾ ਸ਼ੁਰੂ ਕੀਤਾ ਹੋਇਆ ਵਾ। ਇਸ ਵਾਸਤੇ ਉਹਨੂੰ ਸਪਰੇ ਕਰਦੇ ਹਾਂ, ਨਾਲੇ ਸਪਰੇ ਲੈ ਕੇ ਆਉਂਦੇ ਹਾਂ ਸ਼ਹਿਰ ਨੂੰ। ਜਾਂਦੇ ਹਾਂ ਮੈਂ ਫਰੂਕ ਸਾਹਿਬ ਨੂੰ ਦੱਸਿਆ ਗਿਆ ਸਪਰੇ ਕਰਨੀ ਆ ਚਰੀ ਨੂੰ, ਨਾਲੇ ਸਪਰੇ ਲੈ ਕੇ ਆਉਣੀ ਆ, ਅਤੇ ਉਹ ਕਹਿੰਦੇ ਕਿ ਤੂੰ ਸਪਰੇ ਨਾ ਕਰ, ਉਹਦੀ ਵਜ੍ਹਾ ਇਹ ਆ ਕਿ ਬਾਰਿਸ਼ ਹੋਈ ਆ ਅਤੇ ਹੋਰ ਵੀ ਹੋ ਸਕਦੀ ਹੈ, ਇਸ ਵਾਸਤੇ ਸਪਰੇ ਦਾ ਅਸਰ ਹੋ ਜਾਏਗਾ ਜ਼ਾਇਆ। ਲੇਕਿਨ ਸ਼ਹਿਰ ਪਹੁੰਚੇ ਹਾਂ ਵਿਊਵਰ, ਅਤੇ ਮੌਸਮ ਵਾਹਵਾ ਧੁੱਪ ਨਿਕਲ ਆਈ ਹੈ ਵਿਊਵਰ। ਇਸ ਵਾਸਤੇ ਚੱਲ ਕੇ ਕਰਦੇ ਹਾਂ ਸਪਰੇ। ਸਪਰੇ ਲਿਆ ਕੇ ਵਿਊਵਰ ਸਿੱਧੇ ਮੁਰੱਬੇ ਆਏ ਹਾਂ ਜੀ, ਇੱਥੇ ਆ ਕੇ ਸਪਰੇ ਕਰ ਦਿੱਤੀ ਆ ਸਟਾਰਟ। ਉਹਦੀ ਵਜ੍ਹਾ ਇਹ ਆ ਕਿ ਟਾਈਮੋ ਟਾਈਮ ਕਰਾਂਗੇ ਸਪਰੇ, ਕਿਉਂਕਿ ਦਿਨ ਵੀ ਛਿਪਦਾ ਜਾਂਦਾ ਵਾ, ਥੋੜ੍ਹੇ ਜਿਹੇ ਸ਼ਹਿਰ ਹੋ ਗਏ ਸੀਗੇ ਲੇਟ। ਸਪਰੇ ਕਰਦਿਆਂ ਹੋਇਆਂ ਫੀਲ ਹੋਇਆ ਕਿ ਫਰੂਕ ਸਾਹਿਬ ਦੀ ਗੱਲ ਠੀਕ ਸੀ, ਉਹਦੀ ਵਜ੍ਹਾ ਇਹ ਆ ਕਿ ਹਵਾ ਕਾਫ਼ੀ ਤੇਜ਼ ਚੱਲਣ ਲੱਗ ਪਈ ਆ। ਲੇਕਿਨ ਦੇਖਦੇ ਹਾਂ, ਅੱਲਾ ਖੈਰ ਕਰੇਗਾ, ਥੱਲੇ ਥੱਲੇ ਰੱਖ ਕੇ ਮਾਰ ਦਿੰਦੇ ਹਾਂ ਸਪਰੇ, ਕਿਉਂਕਿ ਇੱਕ ਤੋਂ ਟੈਂਕੀਆਂ ਹੀ ਲੱਗਣੀਆਂ ਵਾ। ਉਸ ਤੋਂ ਬਾਅਦ ਵੀ ਵਰ ਦੇਣ ਉੱਥੇ ਕੱਲ੍ਹ ਦਾ ਹੋ ਗਿਆ ਸੀਗਾ ਖਤਮ, ਅੱਜ ਨਵੇਂ ਦਿਨ ਦਾ ਆਗਾਜ਼ ਕਰਾਂਗੇ। ਸੁਬਹਾ ਸੁਬਹਾ ਹੀ ਉੱਠੇ ਹਾਂ ਅਤੇ ਚੌਰੀ ਸਾਹਿਬ ਹੁਣੀ ਕਹਿ ਰਹੇ ਸੀਗੇ ਕਿ ਸਾਨੂੰ ਮੋਟਰਸਾਈਕਲ ਦੇ ਉੱਤੇ ਲੈ ਕੇ ਚਲੋ ਮੁਰੱਬੇ। ਉਹਨਾਂ ਨੂੰ ਬਿਠਾਇਆ ਮੋਟਰਸਾਈਕਲ ਦੇ ਉੱਤੇ, ਨਾਲ ਬਿਠਾਇਆ ਬਾਲੂ ਜੈਸਨ ਨੂੰ। ਮੈਂ ਕਿਹਾ ਚਲਾਓ, ਤੁਹਾਨੂੰ ਵੀ ਮੁਰੱਬੇ ਦਾ ਗੇੜਾ ਲਵਾ ਕੇ ਲਿਆਉਂਦੇ ਹਾਂ, ਉਹਨਾਂ ਨੂੰ ਮੁਰੱਬੇ ਲੈ ਕੇ ਆਏ ਹਾਂ ਵਿਊਵਰਸ। ਅਸਲ ਮੁਰੱਬੇ ਆਉਣ ਦਾ ਵਿਊਵਰਸ ਮਕਸਦ ਇਹ ਸੀਗਾ ਕਿ ਭਾਈ ਨੂੰ ਮੈਂ ਕੱਲ੍ਹ ਕਿਹਾ ਸੀਗਾ ਖਾਲਾ ਕੱਢਣ ਦਾ, ਮੈਂ ਕਿਹਾ ਦੇਖ ਲਈਏ ਚੱਲ ਕੇ ਕਿ ਉਹਨੇ ਖਾਲਾ ਸੁਭਾਅ ਕੱਢਿਆ ਵਾ ਕਿ ਨਹੀਂ। ਲੇਕਿਨ ਉਹ ਭਾਈ ਹੁਣੀ ਸ਼ਾਇਦ ਮਸਰੂਫ ਸੀਗੇ, ਇਸ ਵਾਸਤੇ ਉਹ ਆ ਨਹੀਂ ਸਕੇ ਹੈਗੇ। ਮੁਰੱਬਿਓ ਵਿਊਵਰਸ ਵਾਪਸ ਆਏ ਸੀਗੇ ਅਤੇ ਹੁਣ ਜਾਣਾ ਸੀਗਾ ਇੱਕ ਸ਼ਾਦੀ ਦੇ ਉੱਪਰ, ਉਸ ਪਿੰਡ ਪਹੁੰਚੇ ਹਾਂ ਅਤੇ ਗੱਡੀ ਨੂੰ ਕੋਈ ਮਸਲਾ ਬਣ ਗਿਆ ਵਾ, ਇਸ ਵਾਸਤੇ ਵਿਊਵਰ ਤੋਂ ਮਿਸਿੰਗ ਜੀ ਕਰਕੇ ਹੋ ਗਈ ਆ ਬੰਦ। ਹੁਣ ਇੱਥੇ ਛਾਵੇਂ ਖੜੀ ਕੀਤੀ ਆ ਧੱਕਾ ਧੁੱਕਾ ਲਾ ਕੇ, ਦੇਖਦੇ ਹਾਂ ਵਿਊਵਰ ਦੁਬਾਰਾ ਸਲਫ ਮਾਰਦੇ ਹਾਂ ਕਿ ਕੀ ਹੋਇਆ ਵਾ ਇਹਨੂੰ, ਨਾਲੇ ਚੈੱਕ ਕਰਦੇ ਹਾਂ ਇਹਨੂੰ। ਇਲੈਕਟ੍ਰੀਸ਼ਨ ਨੂੰ ਕਾਲ ਕੀਤੀ ਆ, ਉਹਨੇ ਕਿਹਾ ਕਿ ਤੁਹਾਡੇ ਫਿਊਲ ਪੰਪ ਦੇ ਵਿੱਚ ਆ ਗਿਆ ਵਾ ਕਚਰਾ, ਇਸ ਵਾਸਤੇ ਸਟਾਰਟ ਨਹੀਂ ਹੋਣੀ ਹੈਗੀ, ਇਹਨੂੰ ਥੋੜ੍ਹੀ ਦੇਰ ਛੱਡ ਦਿਓ ਫਿਊਲ ਪੰਪ ਜਿੰਨੀ ਦੇਰ ਗਰਮ ਆ, ਉਸ ਤੋਂ ਬਾਅਦ ਉਹ ਥੋੜ੍ਹਾ ਠੰਡਾ ਹੋਏਗਾ ਅਤੇ ਦੁਬਾਰਾ ਸਲਫ ਮਾਰੋ ਅਤੇ ਇਨਸ਼ਾਅੱਲਾ ਇਹ ਚੱਲ ਪੈਗੀ। ਉਸ ਤੋਂ ਬਾਅਦ ਵਿਊਵਰਸ ਉਹਨਾਂ ਦੀ ਭਾਈ ਦੀ ਗੱਲ ਠੀਕ ਸੀਗੀ, ਉਹਨਾਂ ਨੂੰ ਸਲਫ ਸੁਲਫ ਮਾਰਿਆ ਵਾ 10-15 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ, ਅਤੇ ਲੈ ਕੇ ਪਹੁੰਚ ਗਏ ਜੀ ਵਰਕਸ਼ਾਪ ਪੀਰਮਾਲ ਦੇ ਉੱਤੇ। ਅੱਗੇ ਮੈਂ ਭਾਈ ਨੂੰ ਦੱਸਿਆ ਕਿ ਭਾਈ ਜੀ ਵਿਆਹ ਛੱਡ ਕੇ ਆਇਆ ਵਾਂ, ਇਸ ਵਾਸਤੇ ਤੁਸੀਂ ਇਹਨੂੰ ਜਲਦੀ ਜਲਦੀ ਕਰ ਦਿਓ ਸੈੱਟ। ਜਿਸ ਤਰ੍ਹਾਂ ਹੀ ਪਹੁੰਚੇ ਆ ਵਿਊਵਰਸ ਵਰਕਸ਼ਾਪ, ਉਹਨਾਂ ਨੇ ਗੱਡੀ ਨੂੰ ਆਉਂਦੀਆਂ ਖੋਲ੍ਹਣਾ ਕਰ ਦਿੱਤਾ ਵਾ ਸਟਾਰਟ। ਸਿਟੀ ਦਾ ਵਿਊਵਰਸ ਫਿਊਲ ਪੰਪ ਜਿਹੜਾ ਵਾ ਉਹ ਗੇਅਰ ਲੀਵਰ ਦੇ ਥੱਲੇ ਲੱਗਿਆ ਹੁੰਦਾ ਵਾ, ਇਸ ਵਾਸਤੇ ਇਹਨੂੰ ਖੋਲ੍ਹਣ ਵਾਸਤੇ ਗੇਅਰ ਦਾ ਸਾਰਾ ਜਿਹੜਾ ਉੱਪਰਲਾ ਪਲਾਸਟਿਕ ਬਾਡੀ ਹੁੰਦੀ ਉਹਨੂੰ ਕੱਢਣਾ ਪਏਗਾ ਬਾਹਰ। ਵਰਕਸ਼ਾਪ ਤੋਂ ਫ੍ਰੀ ਹੋ ਕੇ ਵਿਊਵਰਸ ਵਾਪਸ ਜਾ ਰਿਹਾ ਸੀਗਾ ਅਤੇ ਚਟਿਆਣੇ ਵਾਲੇ ਫਾਟਕ ਦੇ ਉੱਤੇ ਆ ਕੇ ਦੁਬਾਰਾ ਬ੍ਰੇਕ ਲਾਉਣੀ ਪਈ, ਉਹਦੀ ਵਜ੍ਹਾ ਇਹ ਕਿ ਟ੍ਰੇਨ ਨੇ ਲੰਘਣਾ ਸੀਗਾ। ਉਹਦਾ ਕੀਤਾ ਇੱਥੇ ਇੰਤਜ਼ਾਰ, 2-4 ਮਿੰਟ ਖੜ੍ਹੇ ਹੋ ਗਏ ਟ੍ਰੇਨ ਲੰਘਣ ਤੋਂ ਬਾਅਦ, ਵਿਊਵਰਸ ਫਿਰ ਮਾਰਿਆ ਸਲਫ ਅਤੇ ਆਪਾਂ ਪਹੁੰਚੇ ਹਾਂ ਜੀ ਸ਼ਾਦੀ ਵਾਲੇ ਘਰ। ਸ਼ਾਦੀ ਵਾਲੇ ਘਰੋਂ ਵਿਊਵਰਸ ਘਰਦਿਆਂ ਨੂੰ ਲੈ ਕੇ ਅਤੇ ਸਪੈਸ਼ਲੀ ਸਪੀਡੋ ਸਪੀਡ ਆਇਆ ਵਾਪਸੀ, ਉਹਦੀ ਵਜ੍ਹਾ ਇਹ ਸੀ ਕਿ ਸ਼ਾਮ ਨੂੰ ਚਟਿਆਣੇ ਵਾਲੇ ਭਾਈ ਨੂੰ ਦਿੱਤਾ ਸੀਗਾ ਟਾਈਮ, ਕਿਉਂਕਿ ਚਰੀ ਬੀਜਣੀ ਸੀਗੀ ਦੁਹਾੜਾ ਇੱਕ ਹੋਰ ਬਾਗ ਦੇ ਵਿੱਚ, ਉਹਦੀ ਵਜ੍ਹਾ ਇਹ ਆ ਕਿ ਪੱਠਿਆਂ ਦੀ ਕਾਫ਼ੀ ਛਾਟ ਚੱਲ ਰਹੀ ਆ। ਅਤੇ ਉਹ ਭਾਈ ਹੁਣੀ ਪਹੁੰਚ ਗਏ ਸੀਗੇ, ਉਹਨਾਂ ਦੀ ਕਾਲ ਆਈ ਸੀ ਕਿ ਮੈਂ ਇੱਕ ਦਫ਼ਾ ਰੂਟਰ ਮਾਰਨਾ ਸਟਾਰਟ ਕੀਤਾ ਹੋਇਆ ਅਤੇ ਤੂੰ ਸਪੀਡ ਸਪੀਡ ਆ ਜਾ ਬੀ ਲੈ ਕੇ, ਤਾਂ ਕਿ ਛੁੱਟਾ ਛੁੱਟਾ ਮਾਰ ਕੇ ਅਤੇ ਹੋਈਏ ਵਿਹਲੇ,
ਕਿਉਂਕਿ ਫਿਰ ਦਿਨ ਛਿਪਦਾ ਵਾ। ਇਹ ਆ ਕੇ ਜਦੋਂ ਵੇਖਿਆ ਵਿਊਵਰਸ ਦੇ ਭਾਈ ਜਿਹਨਾਂ ਨੇ ਖਾਲਾ ਕੱਢਣਾ ਸੀਗਾ ਉਹਨਾਂ ਨੇ ਵੀ ਆ ਕੇ ਖਾਲਾ ਕੱਢਣਾ ਸਟਾਰਟ ਕੀਤਾ ਹੋਇਆ ਸੀਗਾ। ਮੈਂ ਕਿਹਾ ਚਲੋ ਤੁਸੀਂ ਖਾਲਾ ਛਾਲਾ ਕੱਢੋ, ਨਾਲੇ ਤੁਸੀਂ ਛੱਟਾ ਮਾਰ ਦਿਓ, ਕਿਉਂਕਿ ਜਿਹੜੇ ਭਾਈ ਇਹਨਾਂ ਨੂੰ ਬਹੁਤ ਐਕਸਪੀਰੀਅੰਸ ਆ ਛੱਟਾ ਵਗੈਰਾ ਮਾਰਨ ਦਾ ਵੀ, ਅਤੇ ਬਾਕੀ ਜਿਹੜਾ ਕੋਈ ਜ਼ਿਮੀਦਾਰੀ ਦਾ ਕੰਮ ਹੁੰਦਾ ਵਾ ਮੈਂ ਇਹਨਾਂ ਦੇ ਕੋਲੋਂ ਹੀ ਕਰਵਾਉਂਦਾ ਵਾਂ, ਕਿਉਂਕਿ ਬਹੁਤ ਮਿਹਨਤੀ ਇਨਸਾਨ ਆ, ਔਰ ਦੂਸਰਾ ਇਹ ਆ ਕਿ ਬਹੁਤ ਇਮਾਨਦਾਰੀ ਦੇ ਨਾਲ ਕੰਮ ਕਰਦੇ ਆ। ਅਤੇ ਦੂਸਰੇ ਭਾਈ ਟਰੈਕਟਰ ਵਾਲੇ ਆ ਜਿਹੜੇ ਕਿ ਯਾਨੀ ਕਿ ਰੂਟਾਵੇਟਰ ਮਾਰ ਰਹੇ ਆ ਵਿਊਵਰਸ, ਉਹ ਵੀ ਬਹੁਤ ਅੱਛਾ ਕੰਮ ਕਰਦੇ ਆ। ਪਿਛਲੀ ਦਫ਼ਾ ਮੈਂ ਇੱਕ ਹੋਰ ਭਾਈ ਦੇ ਕੋਲੋਂ ਰੂਟਾਵੇਟਰ ਕਰਵਾਇਆ ਸੀਗਾ ਜਦੋਂ ਪਹਿਲੇ ਆਪਾਂ ਚਰੀ ਬੀਜੀ ਆ ਸਵਾ ਖੇਤ, ਉਹਨਾਂ ਦਾ ਵਿਊਵਰਸ ਬਿਲਕੁਲ ਵੀ ਮਜ਼ਾ ਨਹੀਂ ਆਇਆ ਹੈਗਾ ਰੂਟਰ ਦੇ ਨਾਲ, ਇਸ ਵਾਸਤੇ ਜਰਮੀਨੇਸ਼ਨ ਵੀ ਬਹੁਤ ਅੱਛੀ ਨਹੀਂ ਸੀ ਹੋਈ ਹੈਗੀ ਚਰੀ ਦੀ। ਅਤੇ ਮਾਸ਼ਾਅੱਲਾ ਵਿਊਵਰਸ, ਆਪਣੀ ਚਰੀ ਵਗੈਰਾ ਦੀ ਕਾਸ਼ਤ ਦਾ ਜਿਹੜਾ ਪ੍ਰੋਸੀਜਰ ਸੀਗਾ ਉਹ ਹੋ ਗਿਆ ਜੀ ਕੰਪਲੀਟ, ਹੁਣ ਆਪਾਂ ਚੱਲਦੇ ਹਾਂ ਵਿਊਵਰਸ ਘਰ ਨੂੰ। ਇਹਦੇ ਨਾਲ ਹੀ ਵਿਊਵਰਸ ਤੁਹਾਡੇ ਕੋਲ ਲਵਾਂਗੇ ਇਜਾਜ਼ਤ, ਅਗਰ ਸਾਡੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦਾ ਤੁਹਾਨੂੰ ਪਤਾ ਲੱਗਦਾ ਰਹੇ। ਖੁਦਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।